ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਸਿੱਧੂ ਮੂਸੇਵਾਲੇ ਦੇ ਕਤਲ ਨੇ ਹਰ ਕਿਸੇ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਇੰਜ ਮੰਨੋ ਜਿਵੇਂ ਸਾਰੀ ਮਿਊਜ਼ਿਕ ਇੰਡਸਟਰੀ ਇਕੱਠੀ ਹੋ ਕੇ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਖੜ ਗਈ ਹੈ। ਲਗਾਤਾਰ ਕਲਾਕਾਰਾਂ ਵੱਲੋਂ ਸੋਸ਼ਲ ਮੀਡੀਆ ਦੇ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਨੂੰ ਯਾਦ ਕੀਤਾ ਜਾ ਰਿਹਾ ਹੈ। ਉੱਥੇ ਹੀ ਸ਼ੈਰੀਮਾਨ ਨੇ ਇੰਸਟਾਗ੍ਰਾਮ ਸਟੋਰੀ ਵਿੱਚ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਰੋਂਦੇ ਨਜ਼ਰ ਆ ਰਹੇ ਹਨ। ਸ਼ੈਰੀਮਾਨ ਨੇ ਪਹਿਲੀ ਸਟੋਰੀ ਵਿੱਚ ਲਿਖਿਆ ਹੈ, ਅੱਜ 4 ਦਿਨ ਹੋ ਗਏ, ਰੋਜ਼ ਸਵੇਰੇ ਉੱਠਦਾ ਤੇ ਸੋਚਦਾ ਹਾਂ ਕਿੰਨਾ ਬੁਰਾ ਸੁਪਨਾ ਆਇਆ ਯਾਰ, ਫਿਰ ਜਦੋਂ ਇੰਸਟਾ ਖੋਲਦਾ ਤਾਂ ਪਤਾ ਲੱਗਦਾ ਹੈ ਕਿ ਸੁਪਨਾ ਨਹੀਂ ਸੱਚ ਹੈ। ਅੱਜ ਤੇਰੇ ਗਾਣੇ ਸੁਣ ਸੁਣ ਗੱਡੀ ਵਿੱਚ ਬਹੁਤ ਰੋਇਆ ਯਾਰਾ, ਲੋਕਡਾਊਨ ਵਿੱਚ ਤੇਰੇ ਨਾਲ ਗੱਲ ਹੋਈ ਸੀ ਤੇ ਹੁਣ ਵੀ ਸਮਝ ਲੈ ਆਪਣੇ 'ਚ ਲੋਕਡਾਊਨ ਹੀ ਹੋ ਗਿਆ ਹੈ, ਕੁਝ ਕਰਨ ਨੂੰ ਦਿਲ ਨਹੀਂ ਕਰਦਾ। ਪੋਸਟ 'ਚ ਸ਼ੈਰੀਮਾਨ ਨੇ ਅੱਗੇ ਲਿਖਿਆ ਕਿ ਬਾਬਾ ਸਹੀ ਕਹਿੰਦਾ, ਕੋਈ ਪਤਾ ਨਹੀਂ ਕਦੋਂ ਕਿਸ ਦਾ ਨੰਬਰ ਆ ਜਾਵੇ, ਤੇਰੇ ਕਰਕੇ ਡਰੇਕ ਵੀ ਚੰਗਾ ਲੱਗਣ ਲੱਗ ਪਿਆ ਜੱਟਾ, ਤੇਰੇ ਮੈਸੇਜ ਹੁਣ ਤੱਕ ਸੰਭਾਲੇ ਪਏ ਨੇ ਤੇ ਨਾਲੇ ਮੇਰੇ ਵੱਲੋਂ ਬੇਨਤੀ ਹੈ ਕਿ ਜਿਸ ਦਾ ਵੀ ਮੈਂ ਦਿਲ ਦਿਖਾਇਆ ਮੁਆਫ ਕਰਿਓ, ਕੌਣ ਜਾਣਦਾ ਹੈ ਕਿ ਕਿਸ ਦੀ ਕਿੰਨੀ ਲੰਬੀ ਜ਼ਿੰਦਗੀ, ਹੋਏ ਮਾਨਾ ਰੋਵੇਗਾ, ਅੱਜ ਤੇਰਾ ਭਰਾ ਸੱਚੀ ਰੋ ਰਿਹਾ ਹੈ। ਇਸ ਤੋਂ ਬਾਅਦ ਸ਼ੈਰੀਮਾਨ ਨੇ ਸਿੱਧੂ ਮੂਸੇਵਾਲੇ ਦੇ ਗੀਤ ਮਾਂ ਦੀਆਂ ਕੁਝ ਸਟੋਰੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਚ ਸ਼ੈਰੀਮਾਨ ਰੋ ਰਹੇ ਹਨ। ਅਖੀਰਲੀ ਸਟੋਰੀ ਵਿੱਚ ਸ਼ੈਰੀਮਾਨ ਲਿਖਦੇ ਹਨ, ਅੱਜ ਸਾਰੀ ਰਾਤ ਤੇਰੇ ਨਾਲ ਹੀ ਰਹਿਣਾ ਮੈਂ। ਸੋਇਫਨ ਤੱਕ ਦੀ ਵੱਡੀ ਖਬਰ, ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ।